ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਲੈ ਕੇ ਹਾਜ਼ਰ ਪ੍ਰੋਗਰਾਮ ਇਮੀਗ੍ਰੇਸ਼ਨ ਸਾਇਤ ਸਵਦ ਮਨਦੀਪ ਤੇ ਇੱਕ ਵਾਰੀ ਫਿਰ ਤੋਂ ਮੇਰੇ ਨਾਲ ਜੁੜੇ ਨੇ ਪ੍ਰੋਵਾਈਡਰਸ ਤੋਂ ਮਿਸਟਰ ਮਨਦੀਪ ਸਿੰਘ ਔਲਖ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਦਰਸ਼ਕਾਂ ਦੀ ਪੁਰਜ਼ੋਰ ਡਿਮਾਂਡ ਦੇ ਉੱਤੇ ਅੱਜ ਦਾ ਜਿਹੜਾ ਸ਼ੋਅ ਹੈ ਉਹ ਲੈ ਕੇ ਹਾਜ਼ਰ ਹੋਏ ਆ ਵੀ ਘੁੰਮਣ ਫਿਰਨ ਦਾ ਸਮਾਂ ਸਰਦੀਆਂ ਤੇ ਆ ਗਈਆਂ ਨੇ ਤੇ ਨਾਲ ਦੀ ਨਾਲ ਘੁੰਮਣ ਫਿਰਨ ਨੂੰ ਵੀ ਜੀ ਲੋਕਾਂ ਦਾ ਕਰਨ ਲੱਗ ਪਿਆ ਕਿਉਂਕਿ ਕ੍ਰਿਸਮਸ ਔਰ ਨਿਊ ਈਅਰ ਦਾ ਮੌਕਾ ਨੇੜੇ ਆ ਗਿਆ ਤਾਂ ਇਸ ਦੇ ਬਾਬਤ ਅੱਜ ਦਾ ਸਾਡਾ ਇਹ ਸ਼ੋਅ ਹੈ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦੇਵਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਜਾ ਸਕਦੇ ਹੋ ਟੂਰਿਸਟ ਵੀਜ਼ਾ ਨੂੰ ਲੈ ਕੇ ਸਿਰਫ ਬੇਸਿਕ ਡਿਟੇਲ ਦੀਆਂ ਚੀਜ਼ਾਂ ਕਿਹੜੀਆਂ ਨੇ ਉਸ ਦੇ ਬਾਰੇ ਜ਼ਰੂਰ ਸਾਨੂੰ ਕੁਝ ਗਾਈਡ ਕਰੋ ਓਕੇ ਦੇਖੋ ਜਿਹੜਾ ਇਹ ਟੂਰਿਸਟ ਵੀਜ਼ੇ ਦੀ ਗੱਲ ਕਰਾਂ ਨਵੇਂ ਸਾਲ 'ਤੇ ਕ੍ਰਿਸਮਸ 'ਤੇ ਹਾਲਾਂਕਿ ਸਾਡੇ ਦੇਸ਼ ਦੇ ਵਿੱਚ ਨਹੀਂ ਇੰਨਾ ਬਹੁਤਾ ਇਹ ਕਲਚਰ ਹੈਗਾ ਤੁਸੀਂ ਯੂਰਪੀਅਨ ਕੰਟਰੀ ਚਲੇ ਜਾਓ ਤੁਸੀਂ ਵੈਸਟਰਨ ਕੰਟਰੀ ਚਲੇ ਜਾਓ ਇਹਨਾਂ ਲਈ ਇੱਕ ਬਹੁਤ ਹੀ ਜ਼ਿਆਦਾ ਮਤਲਬ ਖੁਸ਼ੀ ਦਾ ਮਾਹੌਲ ਇੱਕ ਬਹੁਤ ਵਧੀਆ ਤਿਉਹਾਰ ਇੱਕ ਬਹੁਤ ਵਧੀਆ ਹੈਪੀਨੈਸ ਵਾਲਾ ਟਾਈਮ ਹੁੰਦਾ ਔਰ ਇਹ ਪ੍ਰਪੇਅਰ ਹੈ ਕਿ ਸਾਡੇ ਕੋਲ ਇਹਨਾਂ ਟਾਈਮ ਦੇ ਵਿੱਚ ਬਹੁਤ ਹਿਊਜ ਵੋਲਿਊਮ ਦੇ ਵਿੱਚ ਟੂਰਿਸਟ ਆਉਣਾ ਠੀਕ ਹੈ ਬਿਲਕੁਲ ਔਰ ਇਹ ਜਦੋਂ ਤੁਸੀਂ ਹੁਣ ਇਹ ਵੀਡੀਓ ਵੈਸੇ ਇਸ ਸਮੇਂ ਲਈ ਮੈਂ ਥੋੜ੍ਹਾ ਲੇਟ ਕਹੂੰਗਾ ਬਟ ਚਲੋ ਤੁਹਾਡੇ ਅੱਗੇ ਜਾ ਕੇ ਕੰਮ ਆਏਗੀ ਇਹਦੇ ਵਿੱਚ ਅਗਰ ਤੁਸੀਂ ਆਪਣੇ ਫਾਈਨੈਂਸ਼ੀਅਲਸ ਦੇਖ ਰਹੇ ਹੋ ਅਗਰ ਤੁਹਾਡੇ ਕੋਲ ਸਪੋਂਸਰ ਹੈ ਜਾਂ ਨਹੀਂ ਹੈ ਦੋਨਾਂ ਦੇ ਵਿੱਚ ਬਹੁਤ ਮੈਟਰ ਕਰਦਾ ਟੂਰਿਸਟ ਬੇਸਿਕਲੀ ਕਦੀ ਵੀ ਕੋਈ ਕੰਟਰੀ ਨਹੀਂ ਚਾਹੁੰਦੀ ਕਿ ਸਾਡੇ ਕੋਲ ਨਾ ਆਵੇ ਨਾ ਆਵੇ ਹਾਂ ਟੂਰਿਸਟ ਦਾ ਇੱਕ ਇਕਨੋਮੀ ਨੂੰ ਬੂਸਟ ਕਰਨ ਲਈ ਟੂਰਿਸਟ ਜ਼ਰੂਰੀ ਹੈ ਟੂਰਿਸਟ ਜਿਹੜਾ ਟੂਰਿਜ਼ਮ ਇੱਡਾ ਇੱਕ ਵੱਡਾ ਇੱਕ ਤੁਸੀਂ ਇਹਨਾਂ ਦਾ ਇੰਡਸਟਰੀ ਵੱਖਰੀ ਹੈ ਤਾਂ ਹਰ ਕੰਟਰੀ ਦਾ ਇੱਕ ਚਹੇਤੀ ਇੰਡਸਟਰੀ ਹੈ ਕਿਉਂਕਿ ਟੂਰਿਸਟ ਨੇ ਜੋ ਪੈਸਾ ਕਮਾ ਕੇ ਦੇਣਾ ਉਹ ਕਿਸੇ ਨੇ ਵੀ ਨਹੀਂ ਕਮਾਇਆ ਨਹੀਂ ਦੇਣਾ ਸੀ ਹਰ ਕੰਟਰੀ ਦੇਖੋ ਛੋਟੀ ਛੋਟੀ ਮਲੇਸ਼ੀਆ ਸਿੰਗਾਪੁਰ ਥਾਈਲੈਂਡ ਹਨਾ ਅੱਜ ਦੁਬਈ ਦੇਖ ਲਓ ਹਨਾ ਐਮੀਰੇਟਸ ਦੇਖ ਲਓ ਇਹ ਸਾਰੀਆਂ ਟੂਰਿਜ਼ਮ ਦੇ ਬੇਸ ਤੇ ਕਿੱਥੋਂ ਕਿੱਥੇ ਪਹੁੰਚ ਗਿਆ ਔਰ ਇਹ ਸਾਰੀਆਂ ਚੀਜ਼ਾਂ ਤੋਂ ਅੱਜ ਯੂਰਪ ਔਰ ਵੈਸਟਰਨ ਵੀ ਸਿੱਖ ਰਿਹਾ ਠੀਕ ਹੈ ਏਜ ਮੈਟਰ ਕਰਦੀ ਹੈ ਟੂਰਿਸਟ ਵੀਜ਼ਾ ਅਪਲਾਈ ਕਰਨ ਦੇ ਲਈ ਦੇਖੋ ਏਜ ਮੈਟਰ ਨਹੀਂ ਕਰਦੀ ਟੂਰਿਸਟ ਵੀਜ਼ੇ ਵਾਸਤੇ ਮੈਟਰ ਕਰਦਾ ਤੁਹਾਡੇ ਫਾਈਨੈਂਸ਼ੀਅਲਸ ਕੀ ਨੇ ਤੁਹਾਨੂੰ ਸਪੋਰਟਰ ਜਿਹੜਾ ਤੁਹਾਡਾ ਹੈ ਉਹ ਕੀ ਹੈ ਓਕੇ ਉਹੀ ਚੀਜ਼ਾਂ ਮੈਟਰ ਕਰਦੀ ਹੈ ਪਹਿਲਾਂ ਕਿਸੇ ਕੰਟਰੀ 'ਚ ਟਰੈਵਲ ਕੀਤਾ ਹੋਣਾ ਜ਼ਰੂਰੀ ਹੈ ਨਹੀਂ ਇਹ ਇੱਕ ਵੈਸੇ ਬਣਿਆ ਹੋਇਆ ਹੈ ਕਿ ਤੁਸੀਂ ਪਹਿਲਾਂ ਕਿਹੜੀਆਂ ਕੰਟਰੀਆਂ 'ਚੋਂ ਕਿਸੇ ਏਜੰਟ ਕੋਲ ਕੋਈ ਅਪਲਾਈ ਕਰਨ ਗਿਆ ਉਹਨੂੰ ਕਹਿੰਦਾ ਚੱਲ ਕੋਈ ਗੱਲ ਨਹੀਂ ਪਹਿਲਾਂ ਇਹਦੇ ਚਾਰ ਪੰਜ ਛੋਟੀ ਛੋਟੀ ਕੰਟਰੀ 'ਚ ਵੀਜ਼ੇ ਲਵਾ ਲੈਂਦੇ ਹਾਂ 50,000 ਰੁਪਏ ਇਹਨਾਂ 'ਚ ਕਮਾਵਾਂਗੇ ਬਾਕੀ ਉਹਨਾਂ 'ਚ ਕਮਾਵਾਂਗੇ ਇੱਦਾਂ ਦਾ ਕੁਛ ਨਹੀਂ ਹੈ ਤੁਹਾਡੇ ਕੋਲ ਸਪੋਂਸਰ ਹੈ ਚਾਹੇ ਨਹੀਂ ਹੈ ਅਗਰ ਤੁਹਾਡੀ ਫਾਈਲ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਤੁਹਾਡੇ ਫਾਈਨੈਂਸ਼ੀਅਲ ਸਹੀ ਤਰੀਕੇ ਨਾਲ ਤੁਹਾਨੂੰ ਐਡਵਾਈਜ਼ ਕੀਤੇ ਗਏ ਹੈ ਤੁਹਾਡੇ ਐਨੂਅਲ ਇਨਕਮ ਜਿਹੜੀ ਹੈਗੀ ਹੈ ਜੋ ਵੀ ਤੁਹਾਡੇ ਪੇਰੈਂਟਸ ਦੇ ਜਾਂ ਤੁਹਾਡੇ ਹੈਗੇ ਆ ਉਹ ਸਹੀ ਕੀਤਾ ਗਿਆ ਤਾਂ ਤੁਸੀਂ ਪਹਿਲਾਂ ਕਿਤੇ ਗਏ ਹੋ ਜਾਂ ਨਹੀਂ ਗਏ ਕੋਈ ਫਰਕ ਨਹੀਂ ਪੈਂਦਾ ਵੀਜ਼ਾ ਮਿਲ ਜਾਂਦਾ ਓਕੇ ਫਾਈਨੈਂਸ਼ੀਅਲ ਕਿੰਨੇ ਸਟਰੋਂਗ ਹੋਣੇ ਚਾਹੀਦੇ ਆ ਸਾਡੇ ਕੋਲ ਦੇਖੋ ਨੋਰਮਲੀ ਇੱਕ ਪਰਸਨ ਦੀ ਗੱਲ ਕਰਾਂ 5 to 7 lakh ਰੁਪਏ ਦੇ ਫਾਈਨੈਂਸ਼ੀਅਲ ਉਹਨਾਂ ਕੋਲ ਸੇਵਿੰਗ 'ਚ ਹੋਣੇ ਚਾਹੀਦੇ ਔਰ ਉਹ ਇੱਕੋ ਦਮ ਪਾਏ ਹੋਏ ਨਹੀਂ ਚਾਹੀਦੇ ਠੀਕ ਹੈ ਬੈਟਰ ਹੈ ਕਿ ਉਹ ਪੈਸਾ ਉਹਦੀ ਇਨਕਮ 'ਚੋਂ ਇਕੱਠਾ ਹੋਇਆ ਹੋਵੇ ਠੀਕ ਹੈ ਹਾਂ ਉਹ ਸਭ ਤੋਂ ਜ਼ਿਆਦਾ ਸਟਰੋਂਗ ਫਾਈਨੈਂਸ਼ੀਅਲ ਮੰਨੇ ਜਾਂਦੇ ਆ ਚਾਹੇ ਮੰਨ ਲਓ ਹਸਬੈਂਡ ਵਾਈਫ ਨੇ ਜਾਣਾ ਤਾਂ ਉਹਨਾਂ ਕੋਲ ਜਿਸ ਖਾਤੇ 'ਚੋਂ ਸ਼ੋਅ ਕਰ ਰਹੇ ਆ ਉਹ ਹਰ ਮਹੀਨੇ ਉਹਨਾਂ ਦੀ ਇਨਕਮ ਵਧੀ ਹੋਣੀ ਚਾਹੀਦੀ ਹੈ ਠੀਕ ਹੈ ਉਸ ਦੇ ਨਾਲ ਇਹ ਨਹੀਂ ਹੈ ਕਿ ਜਾਣ ਤੋਂ 15 ਦਿਨ ਪਹਿਲਾਂ ਮਹੀਨਾ ਪਹਿਲਾਂ ਉਹਦੇ 'ਚ 10 lakh ਰੁਪਇਆ ਪਾਤਾ ਤੇ ਕਹਤੇ ਹੀ ਸਾਡੇ ਕੋਲ ਦਾ ਫੰਡ ਪੂਰੇ ਹੈ ਇੱਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਮਨਦੀਪ ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰ ਦੇਣੀ ਚਾਹੁੰਦਾ ਜੋ ਵੀਜ਼ਾ ਆਫੀਸਰ ਹੈ ਉਹ ਤੁਹਾਡੇ ਤੋਂ ਪੁੱਛ ਸਕਦਾ ਕਿ ਤੁਸੀਂ ਆਪਣੀ ਕੰਟਰੀ ਕਿੱਥੇ ਕਿੱਥੇ ਘੁੰਮਿਆ ਹੁਣ ਜੇ ਤੁਹਾਨੂੰ ਆਪਣੀ ਕੰਟਰੀ ਦੇ 4 ਗੱਲਾਂ ਨਹੀਂ ਪਤਾ ਮੰਨ ਲਓ ਤੁਸੀਂ USA ਦੀ ਇੰਟਰਵਿਊ ਦੇਣ ਚੱਲੇ ਹੋ ਤੁਹਾਨੂੰ ਆਪਣੀ ਕੰਟਰੀ ਦੇ 4 ਵਧੀਆ ਪਲੇਸਿਸ ਨਹੀਂ ਪਤਾ ਜਾਂ ਤੁਸੀਂ ਉੱਥੇ ਨਹੀਂ ਗਏ ਠੀਕ ਹੈ ਤਾਂ ਤੁਸੀਂ ਕਿੱਦਾਂ ਕਹੋਗੇ ਮੈਂ ਕਿੱਥੇ ਜਾ ਰਿਹਾ ਸਭ ਤੋਂ ਪਹਿਲਾਂ ਜਿੱਥੇ ਤੁਸੀਂ ਜਾ ਰਹੇ ਹੋ ਠੀਕ ਹੈ ਉੱਥੇ ਦੇ ਬਾਰੇ ਔਰ ਉੱਥੇ ਦੀਆਂ ਮੇਨ ਪਲੇਸਿਸ ਦੇ ਬਾਰੇ ਜੋ ਫੇਮਸ ਪਲੇਸਿਸ ਹੋਣ ਜਾਂ ਉਹਦੇ ਆਸ ਪਾਸ ਬਾਰੇ ਇਹ ਤੁਹਾਨੂੰ ਹੋਰ ਪਤਾ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਨਹੀਂ ਹੈ ਕਿ ਤੁਸੀਂ ਸਿਰਫ ਤੁਹਾਨੂੰ ਇੰਨਾ ਕੁ ਪਤਾ ਮੈਂ ਕਿਹੜੇ ਹੋਟਲ 'ਚ ਸਟੇਅ ਕਰਨੀ ਹੈ ਇਹ ਕਾਫੀ ਨਹੀਂ ਹੈ ਕਾਫੀ ਨਹੀਂ ਹੈ ਓਕੇ ਜਿਹੜੇ ਪੈਸੇ ਤੁਸੀਂ ਲੈ ਕੇ ਜਾ ਰਹੇ ਹੋ ਉਹਨੂੰ ਦੱਸੋ ਮੈਂ ਇੰਨੇ ਪੈਸੇ ਲੈ ਕੇ ਜਾ ਰਿਹਾ ਇੰਨੇ ਮੇਰੇ ਉੱਥੇ ਖਰਚੇ ਹੋਣੇ ਇੰਨੇ ਮੇਰੇ ਉੱਥੇ ਖਰਚਾ ਹੋਣਾ ਠੀਕ ਹੈ ਉਹ ਫਿਰ ਤੁਸੀਂ ਜੈਨੂਇਨ ਬਣ ਜਾਂਦੇ ਠੀਕ ਹੈ ਫੰਡਸ ਜਿਹੜੇ ਹੈ ਉਹ ਸਾਡੇ ਕੋਲ ਥੋੜੇ ਜਿਹੇ ਪੁਰਾਣੇ ਹੋਣੇ ਚਾਹੀਦੇ ਹੈ ਔਰ ਆਪਣੀ ਕੰਟਰੀ ਦੀ ਘੱਟੋ ਘੱਟ ਐਟਲੀਸਟ ਸਾਡੇ ਕੋਲ ਟਰੈਵਲ ਹਿਸਟਰੀ ਹੋਣੀ ਚਾਹੀਦੀ ਹੈ ਨਾ ਠੀਕ ਹੈ ਤੁਸੀਂ ਆਪਣੀ ਕੰਟਰੀ ਦੀ ਟਰੈਵਲ ਹਿਸਟਰੀ ਸ਼ੋਅ ਕਿੱਦਾਂ ਕਰੋਗੇ ਸਿਰਫ ਦੱਸ ਕੇ ਓਕੇ ਆਪਣੀ ਕੰਟਰੀ ਬਾਰੇ ਹੋਟਲ ਬੁਕਿੰਗ ਜਾਂ ਫਿਰ ਸਪੌਂਸਰ ਦੋਨਾਂ ਤੇ ਵੀਜ਼ੇ ਲੱਗਦੇ ਆ ਦੋਨਾਂ ਚੋਂ ਇੱਕ ਚੀਜ਼ ਜਿਹੜੀ ਜ਼ਿਆਦਾ ਹੁੰਦੀ ਹੈ ਫਰੂਟਫੁਲ ਸਪੌਂਸਰ ਦਾ ਸਿਰਫ ਇਹੀ ਹੁੰਦਾ ਹੈ ਕਿ ਤੁਹਾਨੂੰ ਅਗਲਾ ਸਪੌਂਸਰ ਕਰ ਰਿਹਾ ਤੁਹਾਡਾ ਖਰਚਾ ਚੱਕਣ ਲਈ ਤਿਆਰ ਹੈ ਤੁਹਾਨੂੰ ਰੱਖਣ ਲਈ ਤਿਆਰ ਹੈ ਜਦੋਂ ਤੁਸੀਂ ਹੋਟਲ ਬੁਕਿੰਗ ਜਾਂਦੇ ਹੋ
ਆਈਟਨਰੀ ਬਣਵਾਉਂਦੇ ਹੋ ਤਾਂ ਉਹਦੇ ਵਿੱਚ ਤੁਸੀਂ ਸ਼ੋਅ ਕਰਦੇ ਹੋ ਕਿ ਮੈਂ ਹੋਟਲ ਬੁੱਕ ਕੀਤਾ, ਇਹਦੇ 'ਚ ਮੇਰੇ ਇੰਨੇ ਪੈਸੇ ਲੱਗਣੇ, ਮੈਂ ਪੇ ਕੀਤੇ ਹੋਏ ਓਕੇ। ਤਾਂ ਨਿੱਕੀਆਂ ਨਿੱਕੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ 'ਤੇ ਬਰੀਕੀ ਨਾਲ ਕੰਮ ਕੀਤਾ ਜਾਵੇ, ਫਿਰ ਟੂਰਿਸਟ ਵੀਜ਼ਾ ਜਿਹੜਾ ਖਾਤਿਆਂ ਦੇ ਵਿੱਚ ਫਾਲਤੂ ਪੈਸਾ ਨਹੀਂ ਆਇਆ ਹੋਣਾ ਚਾਹੀਦਾ, ਜੇ ਪੈਸਾ ਆਇਆ ਤਾਂ ਉਹਦੀ ਤੁਹਾਡੇ ਕੋਲ ਜਸਟੀਫਿਕੇਸ਼ਨ ਹੋਣੀ ਚਾਹੀਦੀ। ਓਕੇ ਸਰ, ਹੋਰ ਕੀ ਖਾਸ ਜਿਹੜੀ ਟੂਰਿਸਟ ਵੀਜ਼ਾ ਜਿਹਨਾਂ ਨੇ ਅਪਲਾਈ ਕਰਨਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਫਿਰ ਅਸੀਂ ਦਰਸ਼ਕਾਂ ਤੋਂ ਇਜਾਜ਼ਤ ਵੀ ਲਵਾਂਗੇ। ਦੇਖੋ ਮੈਂ ਇਹੀ ਗੱਲ ਕਹਿਣਾ ਵੀ ਤੁਸੀਂ ਇੱਕ ਵਾਰੀ ਪ੍ਰੋਵਾਈਡਰ ਦੇ ਆਫਿਸ ਆਓ, ਪ੍ਰੋਵਾਈਡਰ ਦੇ ਆਫਿਸ ਆ ਕੇ ਟੂਰਿਸਟ ਵੀਜ਼ੇ ਦੀ ਸਹੀ ਗਾਈਡੈਂਸ ਲਓ। ਠੀਕ ਹੈ, ਟੂਰਿਸਟ ਵੀਜ਼ਾ ਲਗਵਾਉਣਾ ਵੀ ਇੱਕ ਆਪਣੇ ਆਪ ਦੇ ਵਿੱਚ ਕਲਾ ਹੈ। ਠੀਕ ਹੈ, ਅੱਛਾ ਜਿਨ੍ਹਾਂ ਦੀ ਰਿਜੈਕਸ਼ਨ ਆਈ ਹੈ ਕਿ ਪ੍ਰੋਵਾਈਡਰਸ ਉਹਨਾਂ ਦਾ ਟੂਰਿਸਟ ਵੀਜ਼ਾ ਗ੍ਰਾਂਟ ਕਰਵਾ ਸਕਦੇ? ਡੈਫੀਨਟਲੀ, ਬਿਲਕੁਲ। ਕਿਸੇ ਵੀ ਕੰਟਰੀ ਦੀ ਤੁਹਾਡੀ ਪਹਿਲਾਂ ਰਿਜੈਕਸ਼ਨ ਆ ਚੁੱਕੀ ਹੈ, ਸ਼ੈਨਿਗਨ ਕੰਟਰੀਜ਼ ਹੈ, ਯੂਰਪੀਨ ਕੰਟਰੀਜ਼ ਹੈ, ਵੈਸਟਰਨ ਕੰਟਰੀਜ਼ ਹੈ, ਕੋਈ ਵੀ ਕੰਟਰੀਜ਼ ਹੈ, ਤਾਂ ਤੁਸੀਂ ਬਿਲਕੁਲ ਸਾਡੇ ਕੋਲ ਆ। ਠੀਕ ਹੈ, ਥੈਂਕ ਯੂ ਮਨਦੀਪ ਸਰ ਨਾਲ ਜੁੜਨ ਦੇ ਲਈ ਔਰ ਇਨਫੋਰਮੇਸ਼ਨ ਦੇਣ ਲਈ, ਧੰਨਵਾਦ ਜੀ। ਸੋ ਬਿਲਕੁਲ ਜੀ, ਜਿੱਦਾਂ ਤੁਸੀਂ ਡਿਮਾਂਡ ਕੀਤੀ ਸੀ ਕਿ ਘੁੰਮਣ ਵਾਸਤੇ ਜਾਣਾ ਹੈ ਅਤੇ ਕੀ ਕਾਗਜ਼ਾਤ ਜਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਮੱਦੇਨਜ਼ਰ ਹੋਣੀਆਂ ਚਾਹੀਦੀਆਂ ਨੇ, ਤਾਂ ਕੋਸ਼ਿਸ਼ ਕੀਤੀ ਉਹਨਾਂ ਸਾਰੀਆਂ ਗੱਲਾਂ ਦੇ ਉੱਪਰ ਅੱਜ ਅਸੀਂ ਇਹ ਸ਼ੋਅ ਕਰੀਏ, ਤਾਂ ਕੋਸ਼ਿਸ਼ ਹੋਈ ਕਿ ਤੁਹਾਡੇ ਸਵਾਲਾਂ ਦੇ ਤੁਹਾਨੂੰ ਜਵਾਬ ਦੇ ਸਕੀਏ, ਅਤੇ ਅਸੀਂ ਜਿਹੜੀ ਹੁਣ ਅਗਲਾ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ ਉਹ ਵੀ ਤੁਹਾਡੇ ਸਵਾਲਾਂ ਦੇ ਉੱਪਰ ਆਧਾਰਿਤ ਹੋਏਗਾ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।